डिजिटल इंडिया होण दे नाल नाल जिथे लोकां नूं कई सुख सहूलतां मिलियां ने उत्थे ही कई लोकां नूं इसदा नुकसान भी झलना पै रहा है क्योंकि डिजिटल इंडिया विच चोर ठग भी डिजिटल हो चुके ने अते इह ठग घर बैठे ही भोले भाले लोकां नूं अपना शिकार बना रहे ने। जी हाँ, ताज़ा मामला गुरदासपुर तो सामने आया है जिथे एक ठग ने अपने आप नूं BSF दा अधिकारी दस के गरीब ढाबे मालक नूं अपना शिकार बनाया ਅਤੇ ਉਹਨਾਂ ਦੇ ਖਾਤਿਆਂ ਵਿੱਚੋਂ 8000 ਰੁਪਏ ਉਡਾਏ ਨੇ। ਜਾਣਕਾਰੀ ਦਿੰਦਿਆਂ ਪੀੜਤ ਜਸਵੀਰ ਕੌਰ ਅਤੇ ਉਸਦੇ ਪਤੀ ਨੇ ਦੱਸਿਆ ਕਿ ਉਹ ਇੱਕ ਛੋਟਾ ਜਿਹਾ ਢਾਬਾ ਚਲਾਉਂਦੇ ਨੇ ਜਿਸ ਵਿੱਚ ਚਾਹ ਤੋਂ ਇਲਾਵਾ ਆਮ ਲੋਕਾਂ ਲਈ ਘਰ ਵਰਗੀ ਰੋਟੀ ਅਤੇ ਸਬਜ਼ੀ ਵੀ 50 ਰੁਪਏ ਥਾਲੀ ਦੇ ਹਿਸਾਬ ਨਾਲ ਪਰੋਸੀ ਜਾਂਦੀ ਹੈ। 10-15 ਥਾਲੀਆਂ ਰੋਜ਼ ਵਿਕਰੀ ਹੋ ਜਾਂਦੀਆਂ ਨੇ, ਪਰ ਬੀਤੇ ਦਿਨ ਇੱਕ ਆਦਮੀ ਜੋ ਆਪਣੇ ਆਪ ਨੂੰ BSF ਦਾ ਜਵਾਨ ਦੱਸਦਾ ਸੀ ਤੇ ਉਸਨੇ ਫੋਨ ਕਰਕੇ ਉਸਨੂੰ 20 ਥਾਲੀਆਂ ਦਾ ਆਰਡਰ ਦਿੱਤਾ। एडवांस मंगण ते उसने कहा कि असीं फौजी आदमी हाँ, धोखा नहीं करांगे, उसके खाते विच पैसे पा देवांगे। जदों उन्होंने ऑर्डर तैयार कर दिता तां फौजी नूं फोन किया कि रोटी बढ़ गई है। उसने वट्सएप ते एक ATM कार्ड की फोटो पा के कहा कि इस तरह ATM की फोटो खिंच के भेजो ते कुछ समय बाद फोन ते आया OTP नंबर भी ले लिया। कुछ समय बाद फिर उसने फोन करके कहा कि पहला अकाउंट विच पैसे नहीं जा रहे, कोई होर नंबर दिओ। तो उन्होंने दूजा खाता नंबर दिता। फोन कटद्या ही उन्होंने मोबाइल से मैसेज आने शुरू हो गए और उन्होंने दोनों खात्या विचों सारी जमा पूंजी कढ़वा ली गई सी। छोटे छोटे दो बच्चों की माँ जसवीर कौर ने भावुक होकर कहा कि उन्होंने 1000 रुपए के करीब राशन इस फौजी ने खराब कर दिता, जबकि 10-10 रुपए करके जोड़े गए उन्होंने सारे पैसे भी उन्होंने खात्या विचों कढ़वा ले गए ने। ठगी की शिकायत पुलिस को की जा चुकी है। ਭਾਜੀ ਪਹਿਲੇ ਸਾਨੂੰ ਫੋਨ ਆਇਆ ਵੀ ਸਾਨੂੰ 20 ਥਾਲੀਆਂ ਦਾ ਡਰਾਇਆ ਰੋਟੀ ਦਾ, ਅਤੇ ਮੈਂ ਕਿਹਾ ਵੀ ਅਸੀਂ ਇੰਝ ਨਹੀਂ ਰੋਟੀ ਬਣਾਉਂਦੇ ਹੈਗੇ, ਪਹਿਲੇ ਸਾਨੂੰ ਐਡਵਾਂਸ ਦਿਓ ਦੁਕਾਨ 'ਤੇ ਆ ਕੇ ਫਿਰ ਅਸੀਂ ਰੋਟੀ ਤਿਆਰ ਕਰਨੀ ਆ। ਅਤੇ ਕਹਿੰਦੇ ਵੀ ਅਸੀਂ ਆਰਮੀ ਦੇ ਬੰਦੇ ਹਾਂ, ਅਸੀਂ ਝੂਠ ਨਹੀਂ ਮਾਰਦੇ, ਅਸੀਂ ਤੁਹਾਡੀ ਦੁਕਾਨ ਮਗਰ ਆਰਮੀ ਕੈਂਟ ਹੈਗਾ ਉੱਥੋਂ ਬੋਲਣਦੇ ਹਾਂ। ਅਤੇ ਅਸੀਂ ਫਿਰ ਰੋਟੀ ਤਿਆਰ ਕਰਤੀ, ਬਾਅਦ 'ਚੋਂ ਅਸੀਂ ਉਹਨਾਂ ਨੂੰ ਫੋਨ ਕੀਤਾ ਤੁਹਾਡੀ ਰੋਟੀ ਤਿਆਰ ਹੋ ਗਈ ਹੈ ਲੈ ਜਾਓ। ਅਤੇ ਬਾਅਦ 'ਚੋਂ ਕਹਿੰਦੇ ਵੀ ਸਾਨੂੰ ਬਿੱਲ ਬਣਾ ਕੇ ਅਤੇ ਉਹਦੀ ਫੋਟੋ ਖਿੱਚ ਕੇ ਸਾਨੂੰ ਸੈਂਡ ਕਰੋ। ਅਸੀਂ ਬਿੱਲ ਬਣਾ ਕੇ ਫੋਟੋ ਖਿੱਚ ਕੇ ਅਤੇ ਸੈਂਡ ਕੀਤੀ। ਬਾਅਦ 'ਚ ਉਹਨਾਂ ਨੇ ਆਪਣਾ ATM ਨੰਬਰ ਕਾਰਡ ਦਾ ਫੋਟੋ ਸੈਂਡ ਕੀਤੀ ਅਤੇ ਕਹਿੰਦਾ ਵੀ ਇਹ ਸਰਕਾਰੀ ਕੰਮ ਹੈਗਾ ਵਾ ਅਤੇ ਅਸੀਂ ਅਕਾਊਂਟ 'ਚ ਪੈਸੇ ਪਾਉਣੇ ਆ ਅਤੇ ਤੁਸੀਂ ਆਪਣਾ ATM ਕਾਰਡ ਦਾ ਫੋਟੋ ਸੈਂਡ ਕਰੋ। ਅਤੇ ਸਾਡੇ ਸਾਹਮਣੇ ਕੋਈ ਗੱਲ ਨਹੀਂ, ਇਹ ਮੁੰਡੇ ਨੇ ਮੁੰਡੇ ਕੋਲ ਹੀ ਫੋਨ ਅਤੇ ਮੁੰਡੇ ਨੂੰ ਸਮਝ ਨਹੀਂ ਲੱਗੀ। ਉਹ ਫਿਰ ਮੁੰਡੇ ਨੇ ਕਿਤੇ ਘਰ ਚਲ ਗਿਆ ਅਤੇ ਮੁੰਡੇ ਨੇ ATM ਕਾਰਡ ਦਾ ਫੋਟੋ ਸੈਂਡ ਕਰਤੀ। ਉਹ ਕਹਿੰਦਾ ਬਾਅਦ 'ਚੋਂ ਕਹਿੰਦੇ ਵੀ ਤੁਹਾਡੀ ਹੈ ਨਾ ATM ਕਾਰਡ ਜਿਹੜਾ ਸ਼ੋ ਨਹੀਂ ਹੋਣ ਦਿਆ ਹੈਗਾ, ਕੋਈ ਹੋਰ ਖਾਤੇ ਦਾ ਹੈਗਾ ਤਾਂ ਦੱਸੋ। ਇਹਨੇ ਦੂਜੇ ਖਾਤੇ ਦਾ ਵੀ ਮੁੰਡੇ ਨੇ ਦੇਤਾ ਅਤੇ ਉਹ ਬਾਅਦ 'ਚੋਂ 10 ਮਿੰਟ ਬਾਅਦ ਸਾਨੂੰ ਮੈਸੇਜ ਆ ਗਿਆ ਵੀ ਤੁਹਾਡੇ ਦੋਨਾਂ ਅਕਾਊਂਟਾਂ 'ਚ ਪੈਸੇ ਹੈ ਨਹੀਂ, ਇੱਕ 'ਚ 5600 ਸੀ, ਇੱਕ 1900 ਸੀ, ਅਤੇ ਜਿਹੜੀ ਸਾਡੀ ਰੋਟੀ 1200 ਰੁਪਏ ਦੀ ਖਰਾਬ ਹੋਈ ਹੈ ਵੱਖਰੀ ਹੋਈ ਹੈ। ਉਹ ਕਹਿੰਦਾ ਵੀ ਮੈਂ ਆਰਮੀ ਦਾ ਬੰਦਾ ਵਾਂ ਤੁਹਾਡੀ ਦੁਕਾਨ ਦੇ ਮਗਰ, ਜਿਹੜਾ ਆਰਮੀ ਕੈਂਟ ਆ ਉੱਥੋਂ ਬੋਲਣ ਦਿਆ ਵਾਂ। ਬਾਅਦ 'ਚ ਗੱਲਬਾਤ ਹੋਈ ਬੰਦੇ ਨੇ ਸੁਣਾ? ਸਾਢੇ 10 ਵਜੇ ਗੱਲ ਹੋਈ ਆ। 10:30 ਵਜੇ ਕਹਿੰਦਾ ਵੀ ਸਾਡੇ ਕੋਲ ਗਲਤੀ ਨਾਲ ਪੈਸੇ ਨਿਕਲ ਗਏ ਅਤੇ ਅਸੀਂ 12 ਵਜੇ ਤੱਕ ਤੁਹਾਡੇ ਅਕਾਊਂਟ 'ਚ ਪਾ ਦਾਂਗੇ। ਅਸੀਂ 1 ਵਜੇ ਤੱਕ ਡੀਕਿਆ ਅਤੇ ਸਾਡੇ ਅਕਾਊਂਟ 'ਚ ਕੋਈ ਪੈਸਾ ਨਹੀਂ ਆਇਆ ਹੈਗਾ। ਹਾਂ, ਅਸੀਂ SSP ਦਫ਼ਤਰ SP ਚੋ ਹੈਗੇ ਕ੍ਰਾਈਮ ਬ੍ਰਾਂਚ ਦੇ ਦਿਲਬਾਗ ਸਿੰਘ, ਉਹਨਾਂ ਦੇ ਅਸੀਂ ਪਰਚਾ ਦਿੱਤਾ, ਮੇਰੀ ਵਾਈਫ ਅਤੇ ਮੇਰਾ ਬੇਟਾ ਗਏ ਸੀ ਅਤੇ ਉਹ ਕਹਿੰਦੇ ਵੀ ਜਿੰਨੀ ਵੀ ਤੁਹਾਡੀ ਸਹਾਇਤਾ ਹੋਏਗੀ ਅਸੀਂ ਮਦਦ ਤੁਹਾਡੀ ਕਰਾਂਗੇ ਬੰਦਾ ਫੜਨ 'ਚ। ਅਤੇ ਉਹਨਾਂ ਨੇ ਫਿਰ ਸਿਆਨ ਕਰਕੇ ਅਤੇ ਉਹ ਕਹਿੰਦੇ ਸੀ ਵੀ SHO ਨੂੰ ਮਾਰਕ ਕਰਕੇ ਉੱਥੋਂ ਤੁਹਾਨੂੰ ਫੋਨ ਆਏਗਾ ਅਤੇ ਫਿਰ ਬਾਅਦ 'ਚੋਂ ਘਰ ਵੀ ਹੋਏਗੀ। ਅਤੇ ਹਜੇ ਤੱਕ ਸਾਨੂੰ ਕੋਈ ਫੋਨ ਨਹੀਂ ਆਇਆ ਹੈਗਾ ਤੁਹਾਡਾ। ਭਾਅ ਸਾਨੂੰ ਨਾ ਸ਼ਾਮੀ ਫੋਨ ਆਇਆ ਸੀ 6 ਵਜੇ ਅਤੇ ਉਹ ਕਹਿੰਦੇ ਕਿ ਅਸੀਂ ਨਾ ਰੋਟੀ 20 ਬੰਦਿਆਂ ਦੀ ਰੋਟੀ ਲੈਣੀ ਹੈਗੀ ਹੈ ਅਤੇ 20 ਥਾਲੀਆਂ ਪੈਕ ਕਰ ਦਿਓ। ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਨਾ ਪਹਿਲਾਂ 2 ਐਡਵਾਂਸ ਦਿਓ ਜਾਂ ਆਪੇ ਆਣ ਕੇ ਮਿਲੋ ਸਾਨੂੰ, ਫਿਰ ਅਸੀਂ ਰੋਟੀ ਤਿਆਰ ਕਰਨੀ ਹੈ। ਅਤੇ ਉਹ ਕਹਿੰਦੇ ਕਿ ਨਹੀਂ, ਅਸੀਂ ਨਾ BSF 'ਚੋਂ ਬੋਲ ਲੈਂਦੇ ਹਾਂ ਅਤੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਰੋਟੀ ਦੇ ਮਾਮਲੇ 'ਚ, ਅਸੀਂ ਧੋਖਾ ਨਹੀਂ ਕਰਦੇ ਹੈਗੇ, ਤੁਸੀਂ ਰੋਟੀ ਬਣਾਓ ਅਤੇ 1 ਘੰਟੇ ਤੱਕ ਸਾਨੂੰ ਰੋਟੀ ਦੇ ਦਿਓ ਅਤੇ ਰੋਟੀ ਵਧੀਆ ਬਣਾਇਓ ਵੀ। ਅਸੀਂ ਪੂਰਾ ਪਰਿਵਾਰ ਬਣ ਲੱਗ ਕੇ ਦਾਦਾ ਰੋਟੀ ਬਣਾਈ ਆ, ਰੋਟੀ ਬਣਾ ਕੇ ਅਸੀਂ ਫੋਨ ਕੀਤਾ ਉਹਨਾਂ ਨੂੰ ਕਿ ਭਾਅ ਜੀ ਰੋਟੀ ਲੈ ਜਾਓ ਤੁਸੀਂ, ਅਸੀਂ ਰੋਟੀ ਬਣਾਤੀ ਹੈ। ਅਤੇ ਉਹ ਕਹਿੰਦੇ ਕਿ ਤੁਸੀਂ ਨਾ ਸਾਨੂੰ ਬਿੱਲ ਭੇਜੋ ਕਿ ਅਸੀਂ ਪਿੱਛੇ ਅਫਸਰਾਂ ਨੂੰ ਦੱਸਣਾ ਹੈਗਾ ਵਾ। ਅਤੇ ਫਿਰ ਅਸੀਂ ਕਾਪੀ ਦੇ ਪੇਜ 'ਤੇ ਲਿਖ ਕੇ ਅਤੇ ਉਹਨਾਂ ਨੂੰ ਸੈਂਡ ਕੀਤਾ ਵਟਸਐਪ 'ਤੇ। ਅਤੇ ਉਹ ਕਹਿੰਦੇ ਕਿ ਤੁਸੀਂ ਆਪਣਾ ਨਾ ਆਧਾਰ ਕਾਰਡ ਆਪਣਾ ATM ਕਾਰਡ ਨੰਬਰ ਨਾ ਦਿਓ। ਅਤੇ ਉਹ ਮੁੰਡੇ ਨੇ ਫਿਰ ਉਹਨਾਂ ਨੇ ਪਹਿਲਾਂ ਭੇਜਿਆ ਵੀ, ਫਿਰ ਬਾਅਦ 'ਚ ਇਹਨੇ ਫੋਟੋ ਖਿੱਚ ਕੇ ਭੇਜ ਦਿੱਤੀਆਂ ਵਟਸਐਪ 'ਤੇ। ਅਤੇ ਕਹਿੰਦੇ ਕਿ ਤੁਹਾਡਾ ਨਾ ਇੱਕ ਤੁਹਾਨੂੰ ਮੈਸੇਜ ਆਏਗਾ
ਤੇ ਤੁਸੀਂ ਉਹ ਸਾਨੂੰ ਦੱਸ ਦਿਓ। ਅਸੀਂ ਉਹ ਦੱਸਿਆ ਤੇ ਕਹਿੰਦੀ ਕਹਿ ਨਾ ਸ਼ੋਅ ਨਹੀਂ ਹੋਣ ਦਿਆ, ਜੇ ਤੁਹਾਡੇ ਕੋਲ ਹੋਰ ਨੰਬਰ ਹੈਗਾ ਵਾ ਖਾਤੇ ਦਾ ਤੇ ਉਹ ਦੱਸੋ। ਤੇ ਬੇਟੇ ਨੇ ਉਹ ਵੀ ਦੱਸ ਦਿੱਤਾ ਤੇ ਬਾਅਦ 'ਚ ਇੱਕ ਮੈਸੇਜ ਆਇਆ ਉਹ ਦੱਸਿਆ ਉਹਨੇ। ਤੇ ਜਦੋਂ ਉਹਨੇ ਫੋਨ ਬੰਦ ਕੀਤਾ ਵਾ ਤੇ ਬਾਅਦ 'ਚ ਸਾਨੂੰ ਮੈਸੇਜ ਆ ਗਿਆ ਕਿ ਸਾਡੇ ਦੋਨਾਂ ਖਾਤਿਆਂ 'ਚੋਂ ਪੈਸੇ ਨਿਕਲ ਗਏ। ਕਿਹੜੇ ਖਾਤੇ 'ਚੋਂ ਕਿੰਨੇ ਕਿੰਨੇ ਪੈਸੇ ਨਿਕਲੇ? ਇੱਕ ਖਾਤੇ 'ਚੋਂ 5600 ਸੀ ਤੇ ਇੱਕ 'ਚ 1900 ਸੀ ਤੇ 1200 ਦੀ ਸਾਡੀ ਰੋਟੀ ਖਰਾਬ ਹੋਈ ਆ। 8-9 ਹਜ਼ਾਰ ਤੱਕ ਹੋਈ ਗਿਆ। ਸ਼ਿਕਾਇਤ ਕੀਤੀ ਉਹਨਾਂ ਦੀ? ਸ਼ਿਕਾਇਤ ਅਸੀਂ ਕੀਤੀ SSP ਜੀ ਤੇ ਉਹਨਾਂ ਨੇ ਕਿਹਾ ਕਿ ਛੇਤੀ ਤੁਹਾਡਾ ਸੁਣਵਾਈ ਹੋਏਗੀ। ਮਹੀਨੇ ਦੇ ਘਰ ਦਾ ਖਰਚਾ ਹੀ ਚੱਲਦਾ ਵਾ, 1000-1200 ਰੁਪਈਆ ਸਾਡੇ ਸਾਰੀ ਦਿਹਾੜੀ ਦਾ ਹੁੰਦਾ ਵਾ। ਲੋਕਡਾਊਨ 'ਚ ਬੰਦ ਸੀ ਤੇ ਘਰੋਂ ਹੀ ਅਸੀਂ, ਚਲੋ ਜਿਹੜੇ ਕਿ ਗਾਹਕ ਪੱਕੇ ਰੋਟੀ ਖਾਂਦੇ ਹੁੰਦੇ ਸੀ ਉਹਨਾਂ ਨੂੰ ਥੋੜ੍ਹੀ ਬਹੁਤੀ ਦੇ ਕੇ 4-500 ਰੁਪਈਆ ਦਿਹਾੜੀ ਦਾ ਬਣਦਾ ਹੁੰਦਾ ਸੀ ਤੇ ਉਹਦੇ 'ਚ ਸਾਡਾ ਘਰ ਦਾ ਖਰਚਾ ਚੱਲਦਾ ਸੀ। ਕਹਿੰਦਾ ਮੈਂ ਪਿੱਛੋਂ ਤੁਹਾਡੇ ਨਾ ਦੁਕਾਨ ਦੇ ਪਿੱਛੇ BSF ਉੱਥੋਂ ਮੈਂ ਬੰਦਾ ਬੋਲਣ ਦਿਆ ਵਾ ਤੇ ਅਸੀਂ ਕਿਹਾ ਕਿ ਨਹੀਂ ਤੁਸੀਂ ਸਾਨੂੰ ਪੈਸੇ ਦੇ ਜਾਓ, ਐਡਵਾਂਸ ਦੇ ਦਿਓ, ਸਾਨੂੰ ਪਤਾ ਵੀ ਕਿ ਖੜਨੀ ਆ। ਉਹ ਕਹਿੰਦੇ ਅਸੀਂ ਅਫਸਰ ਬੰਦੇ, ਅਸੀਂ ਧੋਖਾ ਨਹੀਂ ਕਰਾਂਗੇ। ਤਾਂ ਅਸੀਂ ਫਿਰ ਉਹਨਾਂ ਦੇ ਕਰਕੇ ਅਸੀਂ ਫਿਰ ਰੋਟੀ ਬਣਾਤੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋ ਸਟੇਟ, ਆਸਟ੍ਰੇਲੀਆ।